ਅਕਾਸ਼ਦੀਪ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਤੇ ਕੀ ਗੱਲ ਹੋਈ ਪਿੰਡ ਮਲਕਪੁਰ ਦੇ ਰਹਿਣ ਵਾਲੇ ਆ ਕੀ ਗੱਲ ਹੋਈ ਤੁਹਾਡੀ ਭਾਈ ਕੱਲ੍ਹ ਸਰ ਮੇਰੀ ਵਾਈਫ ਦਾ ਟ੍ਰੀਟਮੈਂਟ ਚੱਲਦਾ ਸੋਨੀਆ ਨਰਸ ਕੋਲੋਂ 97 ਰੋਡ ਤੇ ਸ਼ੁਰੂ ਤੋਂ ਉੱਥੋਂ ਚੱਲਦਾ ਰਿਹਾ ਵਾ ਇੱਕ ਤਰੀਕ ਨੂੰ ਅਸੀਂ ਉਹਨਾਂ ਕੋਲ ਗਏ ਹਾਂ ਗਲੂਕੋਜ਼ ਲਾਏ ਉਹਨਾਂ ਨੇ ਗਲੂਕੋਜ਼ ਲਾਉਣ ਤੋਂ ਬਾਅਦ ਸਾਰੀ ਰਾਤ ਰੱਖਿਆ ਸਵੇਰੇ ਉਹਨਾਂ ਨੇ ਜਵਾਬ ਦੇਤਾ ਕਹਿੰਦੇ ਵੀ ਟ੍ਰਾਂਸਫਰ ਕਰਨਾ ਐਮ ਐਸ ਹੋਸਪਿਟਲ ਉੱਥੇ ਜਾ ਕੇ ਉਹਨਾਂ ਨੇ ਕਹਿਣਾ ਵੀ ਓਪਰੇਸ਼ਨ ਹੋਣਾ ਤੁਹਾਡਾ ਉੱਥੇ ਗਏ ਹਾਂ ਸਵੇਰੇ 5 ਵਜੇ ਨਾਲ ਗਏ ਹਾਂ ਓਪਰੇਸ਼ਨ 'ਚ ਲੈ ਕੇ ਗਏ 12 ਕੁ ਵਜੇ ਨਾਲ 12 ਵਜੇ ਤੋਂ ਬਾਅਦ ਓਪਰੇਸ਼ਨ 'ਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉੱਥੇ ਉਹਨਾਂ ਨੇ ਮੇਰੀ ਵਾਈਫ ਦੀਆਂ ਚੀਕਾਂ ਨਿਕਲੀਆਂ 10 ਮਿੰਟ ਬਾਅਦ ਉਹਨਾਂ ਨੇ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਮੂੰਹ 'ਤੇ ਝਿੱਗ ਨਿਕਲ ਆਈ ਹੱਥ ਪੈਰ ਢਿੱਲੇ ਪੈ ਗਏ ਉਹਨਾਂ ਦੇ ਵਿਆਹ ਨੂੰ ਸਰ 1 ਸਾਲ ਹੋ ਗਿਆ ਫਸਟ ਬੱਚਾ ਹੈ ਮੇਰਾ ਇਨਸਾਫ਼ ਚਾਹੀਦਾ ਸਰ ਸਾਨੂੰ ਜਾਂ ਤਾਂ ਸਰ ਮੈਨੂੰ ਵੀ ਕੋਈ ਦੱਸੋ ਨਹੀਂ ਤਾਂ ਫਿਰ ਮੈਂ ਵੀ ਕੋਈ ਮੈਨੂੰ ਵੀ ਮਾਰ ਦੇਣ ਫਿਰ ਹੋਰ ਕੀ ਚਾਹੀਦਾ ਮੈਨੂੰ ਇਨਸਾਫ਼ ਚਾਹੀਦਾ ਮੇਰਾ ਨਾਂ ਕਵਲਜੀਤ ਸਿੰਘ ਸਹੋਤਾ ਜੀ ਪੰਜਾਬ ਪ੍ਰਧਾਨ BSP ਅੰਬੇਡਕਰ ਪਾਰਟੀ ਅੱਜ ਜੋ ਕੱਲ੍ਹ ਇੱਕ ਰਿੰਪੀ ਨਾਂ ਦੀ ਲੜਕੀ ਜਿਹੜੀ ਕਿ ਇੱਕ ਸੋਨੀਆ ਘਰ ਦੇ ਵਿੱਚ ਹੀ ਆਪਣਾ ਡਾਕਟਰੀ ਚਲਾਉਂਦੀ ਸੀ ਉਹਦੀ ਅਣਗਹਿਲੀ ਨਾਲ ਅਤੇ ਐਮ ਐਸ ਹੋਸਪਿਟਲ ਵਾਲਿਆਂ ਦੀ ਅਣਗਹਿਲੀ ਦੇ ਨਾਲ ਉਸ ਲੜਕੀ ਦੀ ਡੈਥ ਹੋ ਚੁੱਕੀ ਹੈ ਜਿਹੜੀ ਕਿ ਪ੍ਰੈਗਨੈਂਸੀ 'ਚ ਹੀ ਉਹ ਬੱਚੇ ਦੀ ਵੀ ਨਾਲ ਡੈਥ ਹੋ ਗਈ ਉਸ ਦੇ ਲਈ ਜਦੋਂ ਅਸੀਂ ਸੀ ਡਿਵੀਜ਼ਨ ਦੇ ਵਿੱਚ ਉਸ ਦੇ ਹਸਬੈਂਡ ਵੱਲੋਂ ਬਿਆਨ ਦਰਜ ਕਰਾਏ ਆ ਬਿਆਨ ਦਰਜ 'ਤੇ SHO ਸਾਹਿਬ ਨੇ DDR ਕੱਟ ਦਿੱਤੀ ਹੈ ਜੀ ਪਰ DSP ਸਾਹਿਬ ਨੇ ਅੱਜ ਸਾਡੇ ਨਾਲ ਭਰੋਸਾ ਸਾਡੇ ਨਾਲ ਕੀਤਾ ਵੀ ਜਦੋਂ ਮੈਡੀਕਲ ਰਿਪੋਰਟ ਆ ਜਾਏਗੀ ਉਸ ਦਿਨ ਹੀ ਅਸੀਂ ਅਗਲੀ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਅੰਦਰ ਸੁੱਟ ਕੇ ਪੀੜਿਤ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਊਗਾ ਪਹਿਲੇ ਕਿਉਂ ਨਹੀਂ ਪਰਚਾ ਦਰਜ ਕੀਤਾ ਜਾਏਗਾ ਪਹਿਲਾਂ ਇਹ ਕਹਿੰਦੇ ਵੀ ਨਵੀਂ ਰੂਲਿੰਗ ਆ ਵੀ ਮੈਡੀਕਲ ਰਿਪੋਰਟ ਆਉਣ ਤੋਂ ਪਹਿਲਾਂ ਪਰਚਾ ਦਰਜ ਨਹੀਂ ਕੀਤਾ ਜਾਂਦਾ ਅਸੀਂ ਇਹਨਾਂ ਦੀ ਗੱਲ ਨਾਲ ਸਹਿਮਤ ਹੋ ਗਏ ਵੀ ਕੋਈ ਕਾਨੂੰਨੀ ਤੌਰ 'ਤੇ ਚੀਜ਼ਾਂ ਜ਼ਰੂਰਤ ਹੁੰਦੀ ਆ ਅਸੀਂ DSP ਸਾਹਿਬ ਦੇ ਨਾਲ ਵੀ ਸਹਿਮਤ ਹਾਂ ਪਰ ਸਾਨੂੰ ਅਸੀਂ ਇਹ ਚਾਹੁੰਦੇ ਹਾਂ ਵੀ ਨਹੀਂ ਨਿਆਂ ਦੇਣ ਅਸੀਂ ਇਹਨਾਂ ਦੇ ਕਹਿਣ ਮੁਤਾਬਕ ਹੁਣ ਲਾਸ਼ ਨੂੰ ਘਰ ਲੈ ਕੇ ਚੱਲੇ ਹਾਂ ਪਰ ਜੇਕਰ ਇਹਨਾਂ ਫਿਰ ਵੀ ਸਾਨੂੰ ਇਨਸਾਫ਼ ਨਾ ਦਿੱਤਾ ਤਾਂ ਇਹ ਗੱਲ ਇੱਕ ਦਲਿਤ ਪਰਿਵਾਰ ਪੀੜਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਨੂੰ ਪੂਰੇ ਪੰਜਾਬ 'ਚ ਇਹ ਗੱਲ ਲੈ ਕੇ ਜਾਣੀ ਪਏਗੀ ਕਿੰਨੀ ਤਰੀਕ ਨੂੰ ਡੈਥ ਹੋਈ ਸੀ ਇਹ ਕੱਲ੍ਹ 2 ਤਰੀਕ ਨੂੰ ਹਾਂਜੀ ਇਹ ਜਿਹੜੀ ਹੈਗੀ ਆ ਬੱਚੀ ਆਈ ਥਿੰਕ ਮਲਕਪੁਰ ਦੀ ਹੈਗੀ ਆ ਅਤੇ ਰਿੰਪੀ ਨਾਮ ਦੀ ਇੱਕ ਲੜਕੀ ਹੈਗੀ ਆ ਇਹਨਾਂ ਦੇ ਆਈ ਥਿੰਕ 9 ਮੰਥ ਦੀ ਪ੍ਰੈਗਨੈਂਸੀ ਸੀਗੀ ਇਹਨਾਂ ਦੇ ਕਹਿਣ ਮੁਤਾਬਕ ਕਿ ਉਹ ਪਹਿਲਾਂ ਸੋਨੀਆ ਕੋਈ ਡਾਕਟਰ ਸੀਗੀ ਉਹਨਾਂ ਕੋਲ ਲੈ ਕੇ ਗਏ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਜਵਾਬ ਦੇ ਦਿੱਤਾ ਫਿਰ MS ਹੋਸਪਿਟਲ ਲੈ ਕੇ ਗਏ ਅਤੇ MS ਹੋਸਪਿਟਲ ਦੇ ਵਿੱਚ ਇਹਨਾਂ ਦੇ ਕਹਿਣ ਮੁਤਾਬਕ ਡੈਥ ਹੋਈ ਆ ਬਟ ਇਹਨਾਂ ਦੀ ਅਸੀਂ 174 ਦੀ ਕਾਰਵਾਈ ਕੀਤੀ ਗਈ ਹੈ ਬੋਰਡ ਬਣਾ ਕੇ ਇਹਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਪਲੱਸ ਡਾਕਟਰ ਸਾਹਿਬ ਦੀ ਓਪੀਨੀਅਨ ਦੇ ਨਾਲ ਐਜ਼ ਪਰ ਲਾਅ ਜਿਹੜੀ ਬਣਦੀ ਕਾਰਵਾਈ ਕੀਤੀ ਜਾਏਗੀ ਸਰ 174 ਦੀ ਅਸੀਂ ਕਾਰਵਾਈ ਕੀਤੀ ਹੋਈ ਹੈ ਡਾਕਟਰ ਸਾਹਿਬ 'ਤੇ ਜਦੋਂ ਵੀ ਕੋਈ ਪਰਚਾ ਦਿੰਦੇ ਆ ਤਾਂ ਡਾਕਟਰ ਦੀ ਹੁਣ ਮੈਡੀਕਲ ਐਕਟ ਦੇ ਅਕੋਰਡਿੰਗਲੀ ਜੋ ਵੀ ਐਜ਼ ਪਰ ਲਾਅ ਸਾਡੀਆਂ ਹੈਗੀਆਂ ਵਾ ਓਪੀਨੀਅਨ ਲਵਾਂਗੇ ਉਸ ਤੋਂ ਬਾਅਦ ਪੋਸਟਮਾਰਟਮ ਦੇ ਵਿੱਚ ਦੱਸਿਆ ਜਾਵੇਗਾ ਕਿ ਕੋਜ਼ ਆਫ ਡੈਥ ਕੀ ਰਹੇ ਆ ਕਿ ਪਹਿਲੇ ਹੋਸਪਿਟਲ ਦੇ ਕਾਰਨ ਕੋਜ਼ ਆਫ ਡੈਥ ਹੈ ਜਾਂ ਦੂਸਰੇ ਹੋਸਪਿਟਲ ਦੇ ਕਾਰਨ ਕੋਜ਼ ਆਫ ਡੈਥ ਹੋਈ ਹੈ ਔਰ ਐਜ਼ ਪਰ ਲਾਅ ਉਹਨਾਂ ਦੀ ਓਪੀਨੀਅਨ 'ਤੇ ਅਸੀਂ ਪਰਚਾ ਦਰਜ ਕਰਾਂਗੇ ਇੱਕ ਨਰਸ ਹੈਗੀ ਜਿਹਦੀ ਨੈਗਲੀਜੈਂਸੀ ਪਾਈ ਜਾ ਰਹੀ ਹੈ ਦੇ ਹੈਵ ਨੋਟ ਕੋਈ ਮੈਡੀਕਲ ਕੰਡੀਸ਼ਨ ਕੋਈ ਉਹਦੇ ਕੋਲ ਸਰਟੀਫਿਕੇਟ ਨਹੀਂ ਹੈਗਾ ਕਿ ਜਿਹੜਾ ਵੀ ਦੋਸ਼ੀ ਪਾਇਆਗਾ ਉਹਦੇ ਖਿਲਾਫ ਬਣਦੀ ਕਾਰਵਾਈ ਸਰ ਬਿਲਕੁਲ ਅਸੀਂ ਬਣਦੀ ਕਾਰਵਾਈ ਕਰਾਂਗੇ ਚਾਹੇ ਉਹ ਪਹਿਲੀ ਨਰਸ ਸੀਗੀ ਜਾਂ MS ਹੋਸਪਿਟਲ ਸੀਗਾ ਡੈਫੀਨਿਟਲੀ ਬਣਦੀ ਕਾਰਵਾਈ ਅਸੀਂ ਕਰਾਂਗੇ ਕਿੰਨੀ ਦੇਰ 'ਚ ਰਿਪੋਰਟ ਆਏਗੀ ਮੈਮ ਪੋਸਟਮਾਰਟਮ ਹੋਣ ਦੇ ਬਾਅਦ ਦੇਖੋ ਜੀ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈਗੀ ਆ ਸਿਵਲ ਹੋਸਪਿਟਲ ਤੋਂ FSL ਰਿਪੋਰਟ ਵਾਸਤੇ ਭੇਜੀ ਜਾਂਦੀ ਹੈ ਜਦਾਂ ਹੀ ਆਏਗੀ ਤਾਂ ਨਾਲ ਦੀ ਨਾਲ ਅਸੀਂ ਕਾਰਵਾਈ ਕਰਾਂਗੇ